ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੁਣਾ, ਤੁਸੀਂ ਦੇਖ ਰਹੇ ਹੋ ਦਾ ਹੈਪੀਐਸਟ ਕਪਲ। ਅਤੇ ਤੁਹਾਨੂੰ ਪਤਾ ਜਿਵੇਂ ਕਿ ਕੱਲ੍ਹ ਆਪਾਂ ਪਿੰਡ ਆਏ ਸੀ ਅਤੇ ਵੀਰੇ ਭਾਬੀ ਹੁਣੀ ਗਏ ਹੋਏ ਨੇ ਪਿਕਵਲ ਸਾਹਿਬ, ਅਤੇ 10:30 ਵਜੇ ਅਤੇ ਹੁਣ ਮੈਂ ਲੈਣ ਚੱਲਿਆ ਪਰਮ ਨੂੰ। ਧੁੱਪ ਬਹੁਤ ਜ਼ਿਆਦਾ ਹੋਈ ਪਈ ਹੈ। ਜਿਹੜੀ ਆਪਣੀ ਆਈਟਮ ਆਂਟੀ ਉਹ ਵੀਰਾ ਲੈ ਗਿਆ, ਅਤੇ ਆਪਣੀ ਦੂਜੀ ਗੱਡੀ ਉੱਧਰ ਖੜੀ ਹੈ, ਪਿੱਛੇ ਉੱਥੇ ਟਰੈਕਟਰ ਖੜਾ ਹੈ। ਮੈਂ ਕਿਹਾ ਸਕੂਟੀ 'ਤੇ ਹੀ ਚੱਲਦੇ ਹਾਂ ਕਿਉਂਕਿ ਧੁੱਪ ਬਹੁਤ ਜ਼ਿਆਦਾ ਪੈ ਰਹੀ ਹੈ। ਕਿਰਨ, ਤੁਸੀਂ ਮੇਰੇ ਆਉਂਦੇ ਤੱਕ ਨਾਸ਼ਤਾ ਵਗੈਰਾ ਤਿਆਰ ਰੱਖੋ, ਬਸ ਮੈਂ ਆਇਆ ਹੁਣੇ। ਚਲੋ ਜੀ, ਲੈਣ ਚੱਲਦੇ ਹਾਂ ਪਰਮ ਨੂੰ। ਲਓ ਜੀ, ਪਰਮ ਆ ਗਈ ਸਕੂਲ ਤੋਂ, ਹੁਣ ਅਸੀਂ ਸਾਰੇ ਜਣੇ ਬੈਠ ਕੇ ਨਾਸ਼ਤਾ ਕਰਾਂਗੇ। ਪਰਮ ਨੇ ਵੈਸੇ ਸਵੇਰੇ ਕਰ ਲਿਆ ਸੀ ਨਾਸ਼ਤਾ ਨਾ, ਪਰ ਹੁਣ ਵੀ ਖਾਵਾਂਗੇ। ਰੋਟੀ ਖਾਏਗੀ ਪਰਮ, ਇਹ ਰੋਟੀ ਖਾਂਦੀ ਨਹੀਂ ਵੈਸੇ। ਚਾਚੂ ਚਾਚੀ ਸਾਹਮਣੇ ਪਤਾ ਨਹੀਂ ਕਿਵੇਂ ਸਾਊ ਬਣ ਕੇ ਬੈਠੀ ਹੋਈ ਹੈ ਕਿ ਮੈਂ ਜਿਵੇਂ ਬਹੁਤ ਜ਼ਿਆਦਾ ਪੌਸ਼ਟਿਕ ਖਾਣਾ ਖਾਂਦੀ ਹਾਂ। ਇਹ ਸਬਜ਼ੀ ਨਹੀਂ ਖਾਂਦੀ, ਬਹੁਤ ਗੰਦੀ ਕੁੜੀ ਇਸ ਮਾਮਲੇ 'ਚ, ਸਬਜ਼ੀ ਨਾ ਖਾਣ 'ਚ। ਪੜ੍ਹਨੇ 'ਚ ਠੀਕ ਹੈ ਪਰ ਸਬਜ਼ੀ ਨਹੀਂ ਖਾਂਦੀ। ਕਿੱਦਾਂ ਹੋਇਆ ਪੇਪਰ? ਛੱਡ ਕੇ ਕੀ ਆਈ, ਮੈਂ ਦੱਸ ਰਹੀ ਸੀ। ਉਹ ਛੱਡਤਾ, ਬੁੱਕ ਵਿੱਚੋਂ ਆਏ ਸੀ। ਬੁੱਕ ਤਾਂ ਮੈਂ ਦੇਖਿਆ ਸੀਗਾ, ਟੀਚਰ ਨੇ, ਮੈਂ ਟੀਚਰ ਨੂੰ ਪੁੱਛ ਕੇ ਗਈ ਸੀ। ਮੈਂ ਟੀਚਰ ਨੂੰ ਕਿਹਾ ਸੀ ਕਿ ਇੰਟਰਨਲ ਆਏਗਾ, ਬਟ ਮੈਂ ਟੀਚਰ ਨੂੰ ਕਿਹਾ, ਮੈਂ ਕਿਹਾ ਟੀਚਰ, ਮੈਂ ਪੂਰੀ ਬੁੱਕ ਦੇਖੀ ਸੀਗੀ ਜਿੰਨੇ ਵੀ ਚੈਪਟਰ ਸੀ, ਕਿਤੇ ਮੈਂ ਕਿਹਾ ਮੈਨੂੰ ਤਾਂ ਮਿਲਿਆ ਨਹੀਂ। ਟੀਚਰ ਕਹਿੰਦੇ ਜੇ ਬੁੱਕ 'ਚ ਹੋਇਆ, ਚੈਪਟਰ 'ਚ ਹੋਇਆ ਤਾਂ ਮੈਂ ਮਾਰਕਸ ਕੱਢ ਦਾਂਗੀ, ਅਤੇ ਜੇ ਨਾ ਹੋਇਆ ਤਾਂ ਕਿਸੇ ਹੋਰ 'ਚ ਐਡ ਕਰ ਦੂੰਗੀ। ਓਕੇ, ਮਤਲਬ ਬਾਹਰੋਂ ਆਇਆ ਹੈ ਕਹਿੰਦੇ ਕਿ ਕੁਐਸਚਨ ਇੱਕ। ਇਹ ਟੀਚਰ ਬੜੇ ਵੈਸੇ ਐਵੇਂ ਦੇ ਹੁੰਦੇ ਨੇ ਨਾ। अच्छा, पेपर बाहरों बना रहे हैं। वाह, चलो पहले रोटी खाइए। ये क्या हो रहा है भाई? हेयर स्टाइल हो रहा है। ठीक है, ये तो समर कैंप भी शुरू हो गया। अच्छा, 1 तरीक तो 8 जून तक, ये नहीं पता कितने होना है, क्योंकि इन्होंने स्कूल स्विमिंग ता पूल तो है नहीं गा, लेकिन इन्होंने वो लिखा हुआ है वाउचर, जरा वाउचर दिता है, वाउचर में लिखा हुआ है कि स्विमिंग भी हैगी है, पर स्विमिंग इन्होंने स्कूल के है नहीं। पर ये कितने करनी फिर? हॉर्स राइडिंग भी। तो हॉर्स राइडिंग करी पर सुकिया सुकिया बाहवा वही तोड़ा ले। हाँ, ਪੁੜਕ ਗਏ। ਨਹੀਂ ਬੇਟਾ, ਉਹ ਤੂੰ ਜਿਹੜੀ ਮਿਊਜ਼ਿਕ ਮਿਊਜ਼ਿਕ ਡਾਂਸ ਡੂੰਸ ਨਾ ਕਰੀ, ਇਹ ਸਭ ਕੀਤੇ ਅਲੱਗ ਚੀਜ਼ ਕਰ। ਜਿਵੇਂ ਹੋਰਸ ਰਾਈਡਿੰਗ ਕਰਨੀ ਹੈ, ਮਾਰਸ਼ਲ ਆਰਟਸ ਦਾ ਤੂੰ ਐਕਟੀਵਿਟੀ ਲਿੱਤੀ ਹੋਈ ਹੈ, ਸਵਿਮਿੰਗ ਵੀ ਅੱਛੀ ਹੈ, ਸਵਿਮਿੰਗ ਕਰ। ਹਾਂ, ਇਹ ਤਿੰਨ ਚੀਜ਼ਾਂ ਇਹ ਬੈਸਟ ਹੈ, ਇਹ ਚੀਜ਼ਾਂ ਕਰੀ। ਮੈਂ ਨੀਂਦ ਆ ਰਹੀ ਹੈ, ਕਿਨੂੰ ਚਾਹ ਪੀਣੀ ਪਈ, ਲੱਸੀ ਬਣਾ ਦੋ। ਅੱਛਾ, ਰਿਫਰੈਸ਼ਮੈਂਟ ਵੀ ਹੋਏਗੀ। ਅੱਛਾ, ਤੇ ਚਾਚੂ ਆ ਸਕਦੇ ਉਹਨੂੰ ਪੁੱਛਿਓ? ਕੀ ਖਵਾਉਣਗੇ ਪਹਿਲਾਂ ਪੁੱਛ ਕੇ ਆ, ਮੇਰੇ ਚਾਚੂ ਨੇ ਆਉਣਾ, ਮੈਨੂੰ ਦੱਸੋ ਕੀ ਖਵਾਓਗੇ ਤਾਂ ਹੀ ਚਾਚੂ ਆਊਗਾ। ਤੂੰ ਮੈਨੂੰ ਜਾਂ ਫੋਟੋਆਂ ਦਿਖਾ ਜਿਹੜੀਆਂ ਮੈਂ ਤੇਰੀ ਕੱਢ ਕੇ ਦਿੱਤੀਆਂ ਸੀ। ਇੱਕ ਤੇ ਵੀ ਨਹੀਂ ਦੇਖੋ। ਕੱਲ੍ਹ ਅਸੀਂ ਪਿੰਡੋਂ ਆ ਗਏ ਸੀ ਅਤੇ ਹੁਣ ਅੱਜ ਸਾਰਾ ਦਿਨ ਸੰਡੇ ਅਸੀਂ ਘਰ ਇੰਜੋਏ ਕੀਤਾ ਮੂਵੀ ਦੇਖ ਕੇ, ਅਤੇ ਨਾਲੇ ਹੁਣ ਸ਼ਾਮ ਦਾ ਟਾਈਮ, ਮੈਂ ਕਿਹਾ ਛੁੱਪੀ ਕੁਛ ਬਾਹਰੋਂ ਖਵਾ ਲਿਓ। ਮੇਰਾ ਮੂੰਹ ਦਾ ਟੇਸਟ ਨਾ ਬੜਾ ਅਜੀਬ ਜਿਹਾ ਕੌੜਾ ਕੌੜਾ ਜਿਹਾ ਹੋਇਆ ਪਿਆ। ਇੱਥੇ ਆ ਜਾਓ, ਇੱਥੇ ਆ ਜਾਓ, ਖੁੱਲ੍ਹ ਕੇ ਦੱਸੋ, ਖੁੱਲ੍ਹ ਕੇ ਥੋੜ੍ਹੀ ਇੱਥੇ ਜਾਓ। ਨਹੀਂ, ਖੁੱਲ੍ਹ ਕੇ ਕਿਉਂ ਦੱਸੋ, ਬਸ ਵੈਸੇ ਮੂੰਹ ਦਾ ਟੇਸਟ ਕੜਵਾ ਜਿਹਾ ਹੋਇਆ ਪਿਆ, ਕੁਛ ਖਾਣ ਨੂੰ ਮਨ ਕਰ ਰਿਹਾ। ਮਤਲਬ ਰੋਟੀ ਖਾਣ ਨੂੰ ਮਨ ਨਹੀਂ ਕਰ ਰਿਹਾ ਜਮਾਂ, ਇਸ ਕਰਕੇ ਮੈਂ ਸੋਚਿਆ ਆਪਾਂ ਬਾਹਰ ਚੱਲਦੇ ਕੁਛ ਖਾ ਕੇ ਆਉਂਦੇ ਹਾਂ। ਚਲੀਏ ਫਿਰ। ਠੀਕ ਹੈ ਜੀ, ਸੁਣ ਲਿਆ ਤੁਸੀਂ ਕਿਰਨ ਦੇ ਹਾਲਾਤ? ਸਵੇਰ ਦਾ ਰੌਲਾ ਪਾਇਆ, ਮੇਰਾ ਟੇਸਟ ਕੌੜਾ ਹੋਇਆ, ਮੂੰਹ ਦਾ ਕੜਵਾ ਕੜਵਾ ਟੇਸਟ ਲੱਗ ਰਿਹਾ, ਇਹ ਉਹ ਏਦਾਂ ਉਹਦਾ। ਚਲੋ ਫਿਰ ਕੋਈ ਨਹੀਂ, ਕੱਲ੍ਹ ਡਾਕਟਰ ਨੂੰ ਚੈੱਕ ਕਰਾ ਲਵਾਂਗੇ। ਚਲੋ ਚਲੀਏ। ਇਹ ਵੀ ਦੱਸ ਦਿਓ ਕੀ ਖਾਣਾ ਹੈ? ਕੀ ਖਾਣਾ? ਪਾਓ ਭਾਜੀ। ਠੀਕ ਹੈ। ਹਾਂ ਜੀ, ਕਿੱਦਾਂ ਟੇਸਟ ਹੈਗਾ ਇਹਨਾਂ ਦਾ? ਸੱਚੀ ਦੱਸਣਾ ਕਿ ਫਸਟ ਟਾਈਮ ਇਹਨਾਂ ਦੀ ਪਾਓ ਭਾਜੀ ਟਰਾਈ ਕੀਤੀ ਹੈ। ਬਹੁਤ ਸਵਾਦ, ਸੀਰੀਅਸਲੀ। ਝੂਠ ਨਹੀਂ ਬੋਲ ਰਹੀ ਨਾ? ਇਹ ਵੀਡੀਓ ਦੇ ਚੱਕਰ 'ਚ ਨਹੀਂ ਆ ਮਸੀਰੀ? ਮੈਨੂੰ ਸਵਾਦ ਨਹੀਂ ਲੱਗਦਾ, ਤੁਹਾਨੂੰ ਪਤਾ ਮੈਂ ਨਹੀਂ ਖਾਂਦੀ ਇਹਦੀ ਪਾਓ ਭਾਜੀ, ਪਰ ਸੀਰੀਅਸਲੀ ਬਹੁਤ ਜ਼ਿਆਦਾ ਸਵਾਦ ਹੈ। ਹਾਂ, ਇਹਨਾਂ ਦਾ ਪਾਓ, ਆ ਭਾਜੀ, ਆ ਚਟਨੀ ਚੁਟਨੀ ਦੇਖਦਾ ਜਿਵੇਂ ਖਾ ਕੇ ਮੈਂ, ਕਿਰਨ ਸੱਚ ਬੋਲਦੀ ਹੈ ਝੂਠ ਬੋਲਦੀ ਹੈ? ਇਸ ਤੋਂ ਬਾਅਦ ਮੈਂ ਲੈਣਾ ਉਹ ਵਾਲਾ, ਕੀ ਕਹਿੰਦੇ ਨੇ ਉਹਨੂੰ, ਰੋਲ? ਨਹੀਂ 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 ਕਬਾਬ,
वेज कबाब लेना है मेरे तो वेज शौरमा जिन्हों कहते हैं शौरमा बार वेज वेज जरा उत्थे खादा स्पेन खादा सी अंकल ने बना के दिता वह लेना है जेरे को होया वेज ठीक नहीं फिर मैं उन्होंने को जाऊँगा वेज रोल वाले को रोल एक्सप्रैस चलो हम खाने खा लो होर खा लो मैं तो वह भी खाने ना मैं पहला मैं तो रोल भी खाने होर पाओ भी ले लियो ना बुखार अंदर ना हो किन्ने चिर बाद किरण नूं कुछ चलो ये भी शक नहीं होंदा जी हैरान सी मैं किरण नूं काफ़ी टाइम हो गया कुछ होया क्यों नहीं तो परमात्मा कहिंदा ठीक ही रहे पर हुण हो गया कुछ ना कुछ समझ नहीं आ रही पर जदों फेस कड़वा कड़वा हुंदा ना उदों कुछ ना कुछ हुंदा ही है सवेरे चेक करा लवांगे डॉक्टर कोल अपना कोई ना थर्मामीटर लग गया फिर भी नहीं करो चेक जरा चलो जी कर लो चेक चंगी तरह फिर पता लगेगा किरण दे थर्मामीटर ठीक है बुखार तो नहीं है मतलब वह वैसे ही यार कई बार ना वैसे ही गर्मी गुर्मी लगी होंगी है ता करे कौड़ा लगा ही इस नहीं चले यार पला लाल बत्ती क्यों आ रही है तो जी दोस्तों थकावट हो गई सोइए मैं तो देखने लगा थोड़ी जी कोई काम की वीडियो गलासी देने कह रहे जिम्मे गलासी आ गए गलासी गलासी रख मेरे ना पैर से कोई चीज लड़ गई है समझ नहीं आ रही की लड़े वो ना जिम्मे चुपड़न का निशान भी पिया हुआ है कीड़ा कूड़ा लड़िया कहते कहीं सप्प लड़ गया होना मैं सप्प मैं कहीं खेत से बड़िया मैं कहते घा च बड़िया पर हो सकता कोई कीड़ा कूड़ा लड़िया जलन जी हो जाती है एक तुम मैं वैसे ही न्यूज देखी सी न्यूज इदा है कि 2023 की जून दे विच वड्डा वीरा नहीं भाभी दे नाम ते आपां इक बिजनेस खोल रहे हां मतलब वीरा ते भाभी रल के चलाणगे उसनूं ते वीरे मैक्सिमम वीरा करेगा उहनूं ते पर नाम भाभी दे आ उह बिजनेस रजिस्टर्ड वगैरह हो गया सारा कुछ पर भाभी चलाणगे उसनूं करता धरता उहदे भाभी होणगे ओनरशिप भाभी कोल होएगी ते भाभी ते वीरे बैठ के असीं लड़ंदे रहिंदे मैं कहा भाभी इह तुहाडा बिजनेस है तुहाडा हक होएगा सारे हर एक चीज़ के उपर ते हुण वो किस चीज़ का बिजनेस है की खुलना है तुहाडियां दुआवां तुहाडी सपोर्ट चाहिए होएगी ते बड़ा एक मोटिवेशन दिती मैं वीरे नूं ते भाभी नूं भी आपां कर सकदे आ ओह काम सो हुण हो रहा ओह काम बहुत जल्दी एवरीथिंग सारा कुछ हो चुका फाइनलाइज बस हुण उहनूं खोलण नूं अगले महीने खोल देना है सब कुछ डन है वो किस चीज़ का है तुहानूं बस रिवील करांगे जल्दी हो सकता दो चार दिन रिवील कर दी कि कहदा काम खोलन लगे फिजिकल आउटलैट है कोई भी ये नहीं ऑनलाइन काम नहीं गा फिजिकली प्रेजेंस चाहिए है उत्थे वीरा ते भाभी होया करनगे उत्थे ते जिहड़ा कोई बिजनेस खोल रहे तुहाडी दुआवां तुहाडा प्यार तुहाडा सत्कार चाहिए होएगा ब्लैसिंग चाहिए होणगे ताकि बरकत पै सके सही गल ब्लैसिंग चाहिए होणगे या वधिया वधिया च होवे सारा कुछ बाकी लैके चलांगे इहनां नूं जल्दी छेती उत्थे है ना पर थोड़े दिन लगन गए और तुसी तुहानू मैं दसांगा भी किवें किवें इहदा आइडिया आया और ज्योणा ज्योणे दा भी बड़ा बड़ा योगदान है इहदे विच उह की योगदान है ऐ तां कुछ नहीं एडा मेरा खास योगदान पर हैगा उह मतलब रिवील नहीं कर मेरे अंदर बड़ी जोर जोर दी आ रहा नवा उह भी दसां तुहानू क्यूरियोसिटी जी हैगी है पर एक वारी दसांगा तुहानू एक वारी सैटअप हो जाए सारा कुछ 90% सैटअप हो चुका है 10% रह गया छोटा मोटा काम घूम गया पेपर वर्क हो चुका है बाकी छोटा मोटा वो काम रहता वो भी हो फिर मैं तुम दसूँगा होपफुली सारा कुछ वधिया हो गया और मम नैक्सट मंथ हो जाना है तो हम सोने
टाइम भी हो गया ज़्यादा, 9:30 हो चुके हैं, सवेरे जल्दी उठना होता है।